ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂੰਗੀ ਇਹ ਵਾਲਾ ਡਿਜ਼ਾਇਨ। ਇਹ ਡਿਜ਼ਾਇਨ ਦੀ ਸਿੱਧੀ ਸਾਈਡ ਹੈ, ਇਹ ਵਾਲੀ ਉਲਟੀ ਸਾਈਡ ਹੈ। ਇਸ ਡਿਜ਼ਾਇਨ ਨੂੰ ਬਣਾਉਣ ਦੇ ਲਈ ਸਿਲਾਈ ਉੱਪਰ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ, ਕੋਈ ਵੀ ਐਕਸਟਰਾ ਕੁੰਡਾ ਨਹੀਂ ਚਾਹੀਦਾ। ਜਿਸ ਤਰ੍ਹਾਂ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਿਲਾਈ ਆਪਣੇ ਉਰੋਂ ਬਣਾਈ ਹੈ, ਉਹੀ ਪਹਿਲੀ ਸਿਲਾਈ ਮੈਂ ਤੁਹਾਨੂੰ ਇੱਥੋਂ ਬਣਾਉਣੀ ਦੱਸੂੰਗੀ। ਚਲੋ ਜੀ ਸ਼ੁਰੂ ਕਰਦੇ ਹਾਂ ਡਿਜ਼ਾਇਨ ਬਣਾਉਣਾ। ਪਹਿਲੀ ਸਿਲਾਈ ਸਿੱਧੀ ਸਾਈਡ, ਪਹਿਲਾ ਕੁੰਡਾ ਬੁਣੋ ਚਾਹੇ ਬਿਨਾਂ ਬੁਣਿਆ ਉਤਾਰੋ, ਤੁਹਾਡੀ ਆਪਣੀ ਮਰਜ਼ੀ ਆ, ਪਰ ਮੈਂ ਇਸ ਨੂੰ ਉਲਟਾ ਬੁਣੂੰਗੀ। ਧਾਗਾ ਦੂਸਰੀ ਸਾਈਡ, ਸਾਰੀ ਸਿਲਾਈ ਸਿੱਧੀ ਬੁਣ ਕੇ ਕੰਪਲੀਟ ਕਰਾਂਗੇ। ਇਸ ਤਰ੍ਹਾਂ ਧਾਗਾ ਆਪਣੀ ਸਾਈਡ ਕਰਾਂਗੇ, ਲਾਸਟ ਦਾ ਕੁੰਡਾ ਉਲਟਾ ਬਣਾਂਗੇ। ਤੁਸੀਂ ਇਸ ਨੂੰ ਬੁਣਿਆ ਵੀ ਉਤਾਰ ਸਕਦੇ ਹੋ, ਸਿੱਧਾ ਵੀ ਬੁਣ ਸਕਦੇ ਹੋ। ਦੂਸਰੀ ਸਿਲਾਈ ਉਲਟੀ ਸਾਈਡ, ਪਹਿਲਾ ਕੁੰਡਾ ਉਲਟਾ ਬਣਾਂਗੇ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ ਬਣਾਂਗੇ, ਧਾਗਾ ਦੂਸਰੀ ਸਾਈਡ ਹੀ ਰਹੋ, ਦੋ ਕੁੰਡੇ ਬਿਨਾਂ ਬੁਣੇ ਉਤਾਰਾਂਗੇ। ਤਿੰਨ ਕੁੰਡਿਆਂ ਨੂੰ ਵਾਰ ਵਾਰ ਰਿਪੀਟ ਕਰਾਂਗੇ, ਇੱਕ ਕੁੰਡਾ ਸਿੱਧਾ ਬਣਾਂਗੇ, ਦੋ ਕੁੰਡੇ ਬਿਨਾਂ ਬੁਣੇ ਉਤਾਰਾਂਗੇ, ਇੱਕ ਕੁੰਡਾ ਸਿੱਧਾ ਬਣਾਂਗੇ। ਜਿਹੜਾ ਇਹ ਵਾਲਾ ਧਾਗਾ ਰੱਖਣਾ ਦੋਹਾਂ ਕੁੰਡੇ ਦੇ ਉੱਪਰ ਦੀ, ਇੰਨਾ ਜ਼ਿਆਦਾ ਟਾਈਟ ਰੱਖਣਾ ਅਤੇ ਨਾ ਜ਼ਿਆਦਾ ਲੂਜ, ਦੋ ਕੁੰਡੇ ਬਿਨਾਂ ਬੁਣੇ ਉਤਾਰਾਂਗੇ, ਇੱਕ ਕੁੰਡਾ ਸਿੱਧਾ ਬਣਾਂਗੇ, ਦੋ ਕੁੰਡੇ ਬਿਨਾਂ ਬੁਣੇ ਉਤਾਰਾਂਗੇ, ਇੱਕ ਕੁੰਡਾ ਸਿੱਧਾ ਬਣਾਂਗੇ, ਦੋ ਕੁੰਡੇ ਬਿਨਾਂ ਬੁਣੇ ਉਤਾਰਾਂਗੇ, ਇੱਕ ਕੁੰਡਾ ਸਿੱਧਾ ਬਣਾਂਗੇ, ਦੋ ਕੁੰਡੇ ਬਿਨਾਂ ਬੁਣੇ ਉਤਾਰਾਂਗੇ, ਇੱਕ ਕੁੰਡਾ ਸਿੱਧਾ ਬਣਾਂਗੇ, ਦੋ ਕੁੰਡੇ ਬਿਨਾਂ ਬੁਣੇ ਉਤਾਰਾਂਗੇ, ਇੱਕ ਕੁੰਡਾ ਸਿੱਧਾ ਬਣਾਂਗੇ, ਧਾਗਾ ਆਪਣੇ ਵੱਲ ਕਰਕੇ ਲਾਸਟ ਦਾ ਕੁੰਡਾ ਉਲਟਾ ਬਣਾਂਗੇ। ਤੀਸਰੀ ਸਿਲਾਈ ਸਿੱਧੀ ਸਾਈਡ, ਪਹਿਲਾ ਕੁੰਡਾ ਉਲਟਾ ਬਣਾਂਗੇ, ਧਾਗਾ ਦੂਸਰੀ ਸਾਈਡ, ਜਿਹੜਾ ਕੁੰਡਾ ਇਹ ਉਲਟੀ ਸਾਈਡ ਤੋਂ ਸਿੱਧਾ ਬਣਿਆ ਸੀ, ਸਿੱਧੀ ਸਾਈਡ ਤੋਂ ਵੀ ਇਸਨੂੰ ਸਿੱਧਾ ਬਣਾਂਗੇ, ਧਾਗਾ ਆਪਣੀ ਸਾਈਡ, ਦੋ ਕੁੰਡੇ ਉਲਟੇ, ਜਿਹੜੇ ਕੁੰਡੇ ਬਿਨਾਂ ਬੁਣੇ ਉਤਾਰੇ ਸੀ ਉਹ ਦੋ ਕੁੰਡੇ ਉਲਟੇ ਬਣਾਂਗੇ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਦੋ ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਦੋ ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਦੋ ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਦੋ ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਦੋ ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਦੋ ਕੁੰਡੇ ਉਲਟੇ, ਧਾਗਾ ਦੂਸਰੀ ਸਾਈਡ, ਇੱਕ ਕੁੰਡਾ ਸਿੱਧਾ, ਧਾਗਾ ਆਪਣੀ ਸਾਈਡ, ਲਾਸਟ ਦਾ ਕੁੰਡਾ ਉਲਟਾ। ਚੌਥੀ ਸਿਲਾਈ ਉਲਟੀ ਸਾਈਡ, ਪਹਿਲਾ ਕੁੰਡਾ ਉਲਟਾ ਬਣਾਂਗੇ, ਇਹ ਜਿਹੜਾ ਕੁੰਡਾ ਸਿੱਧਾ ਬੁਣਿਆ ਸੀ ਇਸਨੂੰ ਬਿਨ ਬੁਣਿਆ ਉਤਾਰਾਂਗੇ, ਧਾਗਾ ਦੂਸਰੀ ਸਾਈਡ ਕਰਾਂਗੇ, ਜਿਹੜੇ ਦੋ ਕੁੰਡੇ ਉਲਟੇ ਬੁਣੇ ਸੀ ਉਹਨਾਂ ਦੋਹਾਂ ਕੁੰਡਿਆਂ ਨੂੰ ਉਲਟੀ ਸਾਈਡ ਤੋਂ ਸਿੱਧਾ ਬੁਣਾਂਗੇ, ਧਾਗਾ ਆਪਣੀ ਸਾਈਡ, ਇੱਕ ਕੁੰਡਾ ਬਿਨਾਂ ਬੁਣੇ ਉਤਾਰਾਂਗੇ, ਧਾਗਾ ਦੂਸਰੀ ਸਾਈਡ, ਦੋ ਕੁੰਡੇ ਸਿੱਧੇ ਬੁਣਾਂਗੇ, ਧਾਗਾ ਆਪਣੀ ਸਾਈਡ, ਇੱਕ ਕੁੰਡਾ ਉਲਟਾ ਬੁਣਾਂਗੇ, ਧਾਗਾ ਦੂਸਰੀ ਸਾਈਡ, ਸੋਰੀ ਬਿਨ ਬੁਣਿਆ ਉਤਾਰਾਂਗੇ ਇਸ ਕੁੰਡੇ ਨੂੰ, ਧਾਗਾ ਦੂਸਰੀ ਸਾਈਡ, ਦੋ ਕੁੰਡੇ ਸਿੱਧੇ ਬਣਾਂਗੇ, ਧਾਗਾ ਆਪਣੀ ਸਾਈਡ, ਇੱਕ ਕੁੰਡਾ ਬਿਨਾਂ ਬੁਣਿਆ ਉਤਾਰਾਂਗੇ,
धागा दूसरी साइड दो कुंडे सीधे बुनाएंगे। धागा अपनी साइड एक कुंडा बिना बुने उतारेंगे, धागा दूसरी साइड दो कुंडे सीधे बुनाएंगे। धागा अपनी साइड एक कुंडा बिना बुने उतारेंगे, धागा दूसरी साइड दो कुंडे सीधे बुनाएंगे। धागा अपनी साइड एक कुंडा उल्टा बुनाएंगे, बिन बुनिया उतारेंगे। धागा दूसरी साइड दो कुंडे सीधे बुनाएंगे। धागा अपनी साइड एक कुंडा बिना बुनिया उतारेंगे ते लास्ट का कुंडा उल्टा बनाएंगे। इन्हां चार सिलाइयों बार बार रिपीट करते जाओ ते एक शानदार डिजाइन तैयार करते जाओ। वीडियो नूं लाइक शेयर और चैनल सबसक्राइब जरूर करो जी। थैंक यू।